ਪੂਰੇ ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਉੱਥੇ ਹੀ ਪੰਜਾਬ ਵਿੱਚ ਵੀ ਕਰਫਿਊ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਕੋਰੋਨਾ ਪੋਜ਼ਿਟਿਵ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿੱਥੇ ਇੱਕ ਪਾਸੇ ਕੋਰੋਨਾ ਵਾਇਰਸ ਦੇ ਖੌਫ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਕਤਰਾ ਰਹੇ ਨੇ, ਉੱਥੇ ਹੀ ਦੂਜੇ ਪਾਸੇ ਕੋਰੋਨਾ ਵਰਗੀ ਮਹਾਂਮਾਰੀ ਨਾਲ ਲੜਾਈ ਲੜਨ ਲਈ ਐਮਰਜੈਂਸੀ ਹਾਲਾਤਾਂ ਵਿੱਚ ਸਫਾਈ ਸੇਵਕ, ਪੁਲਿਸ ਕਰਮਚਾਰੀ ਅਤੇ ਅੱਗ ਬੁਝਾਊ ਯੰਤਰਾਂ ਤੋਂ ਇਲਾਵਾ ਵੱਖ ਵੱਖ ਮਹਿਕਮਿਆਂ ਦੇ ਕਰਮਚਾਰੀ ਕੰਮ ਕਰ ਰਹੇ ਨੇ। ਉਹਨਾਂ ਸਾਰੇ ਕਰਮਚਾਰੀਆਂ ਦਾ SDM ਵੱਲੋਂ ਫੁੱਲਾਂ ਦੀ ਵਰਖਾ ਕਰਕੇ ਹੌਸਲਾ ਅਫਜ਼ਾਈ ਕੀਤੀ ਗਈ ਅਤੇ ਉਹਨਾਂ ਨੂੰ ਸੈਨੀਟਾਈਜ਼ਰ, ਗਲਵਸ, ਮਾਸਕ ਵੀ ਦਿੱਤੇ ਗਏ ਤਾਂ ਜੋ ਕਰਮਚਾਰੀ ਆਪਣਾ ਬਚਾਅ ਕਰ ਸਕਣ। ਉੱਥੇ ਹੀ ਨਾਭਾ ਦੇ SDM ਸੂਬਾ ਸਿੰਘ ਨੇ ਕਿਹਾ, ਦੇਖੋ ਜੀ, ਇਸ ਤਰ੍ਹਾਂ ਹੈਗਾ ਕਿ ਪਿਛਲੇ ਜਿਸ ਦਿਨ ਤੋਂ ਕਰਫਿਊ ਲੱਗਿਆ ਅਤੇ ਉਸ ਦਿਨ ਤੋਂ ਨਾ ਅਸੀਂ ਜਿਹੜੀ, ਕਿਉਂਕਿ ਜਿਹੜੀ ਐਪੀਡੈਮਿਕ ਪੈਂਡੈਮਿਕ ਹੈ, ਬੇਸਿਕਲੀ ਐਪੀਡੈਮਿਕ ਵੀ ਨਹੀਂ ਪੈਂਡੈਮਿਕ ਹੈ, ਇਹ ਵਰਲਡ ਓਵਰ ਇਹਦਾ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ। ਵਰਲਡ ਦੇ ਮੈਕਸੀਮਮ ਜਿਹੜੇ ਮੋਸਟ ਆਫ ਦਾ ਕੰਟਰੀਜ਼ ਇਨ ਦਾ ਵਰਲਡ ਉਹ ਅਫੈਕਟਡ ਨੇ ਇਸ ਵੇਲੇ ਇਹਦੇ ਨਾਲ। ਉਦੋਂ ਤੋਂ ਹੀ ਅਸੀਂ ਪਿਛਲੇ, ਤੁਸੀਂ ਕਹਿ ਲਓ ਕਿ ਤਕਰੀਬਨ 15 ਦਿਨ ਤੋਂ ਜਾਂ 12-13 ਦਿਨਾਂ ਤੋਂ ਅਸੀਂ ਜਿਹੜੀ ਸਪੈਸ਼ਲ ਸਫਾਈ ਅਭਿਆਨ ਵਿੱਢਿਆ ਹੋਇਆ, ਜਿਹਦੇ 'ਚ ਅਸੀਂ ਕੂੜਾ ਕਰਕਟ ਹੋ ਗਿਆ, ਗਲੀਆਂ ਦੀ ਸਫਾਈ, ਸਵੀਪਿੰਗ ਹੋ ਗਈ, ਨਾਲੀਆਂ ਦੀ ਉਹ ਹੋ ਗਈ, ਸ਼ਹਿਰ ਦੀ ਸੈਨੀਟਾਈਜੇਸ਼ਨ ਹੋ ਗਈ, ਜਿਹੜਾ ਅਸੀਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਟਰੈਕਟਰ ਯੂਜ਼ ਕਰਕੇ ਸਾਰੇ ਸ਼ਹਿਰ ਨੂੰ 2 ਵਾਰੀ ਅਸੀਂ ਸੈਨੀਟਾਈਜ਼ ਕਰ ਚੁੱਕੇ ਹਾਂ ਅਤੇ ਕੰਟੀਨਿਊਸਲੀ ਸਾਡਾ ਇਹ ਜਾਰੀ ਹੈ। ਇਹਦੇ 'ਚ ਜਿਹੜਾ ਮੇਨ ਜਿਹੜੇ ਸਾਡੇ ਉਹ ਨੇ ਸਟੇਕ ਹੋਲਡਰ ਨੇ ਜਾਂ ਮੇਨ ਸਾਡਾ ਜਿਹੜਾ ਕੰਮ ਕਰਨ ਵਾਲਾ ਤਬਕਾ ਹੈਗਾ ਉਹ ਸਾਡੇ ਸਫਾਈ ਸੇਵਕ ਨੇ ਅਤੇ ਸਾਡੇ ਜਿਹੜੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਨੇ। ਇਸ ਕਰਕੇ ਸਾਰਿਆਂ ਦੀ ਇੱਛਾ ਸੀ ਕਿ ਇਹਨਾਂ ਨੂੰ ਅਸੀਂ ਮਾਨ ਸਨਮਾਨ ਦਈਏ, ਇਹਨਾਂ ਦੀ ਹੌਸਲਾ ਅਫਜਾਈ ਕਰੀਏ। ਉਹਦੇ ਕਰਕੇ ਜੀ ਅਸੀਂ ਅੱਜ ਇਹਨਾਂ ਨੂੰ ਇੱਥੇ ਛੋਟਾ ਜਿਹਾ ਤੁਹਾਡੇ ਸਾਹਮਣੇ ਇਹ ਕਰਕੇ ਅਸੀਂ ਇਹਨਾਂ ਨੂੰ ਸਿਰਫ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਪ੍ਰਸ਼ਾਸਨ, ਚਾਹੇ ਉਹ ਮਿਊਂਸਪਲ ਕਮੇਟੀ ਦਾ ਪ੍ਰਸ਼ਾਸਨ ਹੈ, ਚਾਹੇ ਸਾਡਾ ਜਿਹੜਾ ਸਬ ਡਿਵੀਜ਼ਨ ਦਾ ਪ੍ਰਸ਼ਾਸਨ ਹੈ, ਉਹ ਸਹੀ ਕੰਮ ਦੇ ਵਿੱਚ ਇਹਨਾਂ ਦੇ ਨਾਲ ਹੈ ਬਿਲਕੁਲ। ਜੇ ਇਹਨਾਂ ਦੀਆਂ ਕੋਈ ਜਾਇਜ਼ ਕੋਈ ਡਿਫੀਕਲਟੀਜ਼ ਹੋਣਗੀਆਂ ਅਸੀਂ ਬਿਲਕੁਲ ਪਹਿਲ ਦੇ ਆਧਾਰ 'ਤੇ ਉਹ ਵੀ ਹੱਲ ਕਰਾਂਗੇ। ਅਤੇ ਬਸ ਇਹਨਾਂ ਨੂੰ ਮੈਂ ਸਾਰਿਆਂ ਨੂੰ ਇਹੀ ਅਪੀਲ ਕੀਤੀ ਹੈ ਕਿ ਤੁਹਾਡਾ ਸ਼ਹਿਰ ਹੈ, ਤੁਸੀਂ ਇਹਨੂੰ ਸਾਫ਼ ਸੁਥਰਾ ਰੱਖਣਾ। ਇਹ ਡਿਊਟੀ ਸਮਝ ਕੇ ਨਹੀਂ, ਇਸ ਵੇਲੇ ਬਿਮਾਰੀ ਦੇ ਜਿਹੜੇ ਪੀਰੀਅਡ ਦੇ ਵਿੱਚ ਇਹਨੂੰ ਆਪਣੇ ਮਿਸ਼ਨ ਮੋਡ ਦੇ ਵਿੱਚ ਆਪਣਾ ਫਰਜ਼ ਸਮਝ ਕੇ, ਆਪਣੀ ਜਿਹੜੀ ਇਹ ਲੋਕ ਸੇਵਾ ਸਮਝ ਕੇ ਇਹਨੂੰ ਕਰਨਾ ਹੈ। ਇਹੀ ਮੇਰੀ ਇਹਨਾਂ ਨੂੰ ਸਾਰਿਆਂ ਨੂੰ ਮੈਂ ਅਪੀਲ ਕੀਤੀ ਹੈ ਅਤੇ ਮੈਨੂੰ ਆਸ ਹੈ ਕਿ ਇਹ ਆਉਣ ਵਾਲੇ ਦਿਨਾਂ 'ਚ ਹੋਰ ਵੀ ਵੱਧ ਚੜ੍ਹ ਕੇ ਆਪਣਾ ਹਿੱਸਾ ਪਾਉਣਗੇ, ਯੋਗਦਾਨ ਦੇਣਗੇ ਅਤੇ ਸ਼ਹਿਰ ਨੂੰ ਬਿਲਕੁਲ ਸਾਫ਼ ਸੁਥਰਾ ਰੱਖਣਗੇ, ਸੋ ਦੈਟ ਜਿਹੜੀ ਆਪਣੀ ਇਹ ਪੈਂਡੈਮਿਕ ਹੈ, ਜਿਹੜੀ ਬਿਮਾਰੀ ਆਪਾਂ ਇਹ ਜਿਹਦਾ ਖਤਰਾ ਆਪਣੇ ਸਿਰ 'ਤੇ ਮੰਡਰਾ ਰਿਹਾ, ਇਹਦੇ ਤੋਂ ਆਪਣਾ ਬਚਾਅ ਹੋ ਸਕੇ ਆਪਣੇ ਨਾਭਾ ਸ਼ਹਿਰ ਦਾ। ਦੂਜੇ ਪਾਸੇ ਉੱਥੇ ਹੀ ਨਾਭਾ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਨੇ ਕਿਹਾ ਕਿ ਅਸੀਂ ਵੀ ਇਸ ਦੁੱਖ ਦੀ ਘੜੀ ਵਿੱਚ ਕਰਮਚਾਰੀਆਂ ਦੀ ਸੇਵਾ ਕਰ ਰਹੇ ਹਾਂ ਤਾਂ ਜੋ ਕੋਰੋਨਾ ਦੀ ਕੜੀ ਨੂੰ ਤੋੜਿਆ ਜਾ ਸਕੇ। ਸਾਡੀ ਕਮਿਸ ਐਸੋਸੀਏਸ਼ਨ ਵੱਲੋਂ ਜਿਹਦੇ ਵੀ ਨਾਭੇ ਦੇ ਸਫਾਈ ਸੇਵਕ ਨੇ ਉਹਨਾਂ ਵਾਸਤੇ ਮਾਸਕ, ਸੈਨੀਟਾਈਜ਼ਰ ਪਲੱਸ ਉਹਨਾਂ ਵਾਸਤੇ ਕੋਈ ਵੀ ਉਹਨਾਂ ਨੂੰ ਇਕੁਪਮੈਂਟ ਚਾਹੀਦਾ ਉਹ ਵੀ ਅਸੀਂ ਪ੍ਰੋਵਾਈਡ ਕਰਵਾ ਕੇ ਦੇਵਾਂਗੇ ਜਿਨ੍ਹਾਂ ਕੋਲ ਨਹੀਂ ਹੈਗਾ। ਮਾਸਕ ਤੋਂ ਇਲਾਵਾ ਅਸੀਂ ਇਹਨਾਂ ਨੂੰ ਗਲਵਸ ਵੀ ਪ੍ਰੋਵਾਈਡ ਕਰਾਏ ਨੇ ਜੀ। ਸਾਡਾ ਵੀ ਹੱਕ ਬਣਦਾ ਇੱਕ ਸ਼ਹਿਰ ਦੇ ਨਾਗਰਿਕ ਹੋਣ ਦੇ ਨਾਤੇ ਕਿ ਇਹ ਸਾਡੀ ਸੇਵਾ 'ਚ ਦਿਨ ਰਾਤ ਖੜ੍ਹੇ ਨੇ, ਤਾਂ ਸਾਡਾ ਇੱਕ ਐਸੋਸੀਏਸ਼ਨ ਉਹ ਉਪਰਾਲਾ ਜੀ, ਅਸੀਂ ਵੀ ਇਹਨਾਂ ਦੇ ਨਾਲ ਖੜ੍ਹੇ, ਇਹਨਾਂ ਦਾ ਸਨਮਾਨ ਕਰੀਏ ਅਤੇ ਸਾਡੀ ਐਸੋਸੀਏਸ਼ਨ ਇਹਨਾਂ ਦਾ ਦਿਲੋਂ ਧੰਨਵਾਦ ਕਰਦੀ ਹੈ ਅਤੇ SDM ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਡੇ ਨਾਭੇ ਦੀ ਬਹੁਤ ਸੇਵਾ ਕੀਤੀ ਹੈ। ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜੀ ਅਸੀਂ, ਜਿਨ੍ਹਾਂ ਨੇ ਦਿਨ ਰਾਤ, ਪੱਤਰਕਾਰ ਭਾਈਚਾਰੇ ਦਾ ਜਿਨ੍ਹਾਂ ਨੇ ਲੋਕਾਂ ਨੂੰ ਬਹੁਤ ਅਵੇਅਰ ਕੀਤਾ। ਮੈਂ ਕਮਿਸ਼ਨ ਵੱਲੋਂ ਵਿਸ਼ਵਾਸ ਦਵਾਉਂਦਾ ਅਸੀਂ ਦਿਨ ਰਾਤ ਆਪਣੀ ਨਗਰੀ ਵਾਸਤੇ ਖੜ੍ਹੇ ਹਾਂ, ਕੋਈ ਵੀ ਹੁਕਮ ਲਾਉਣ ਅਸੀਂ ਦਿਨ ਰਾਤ ਤੁਹਾਡੇ ਨਾਲ ਖੜ੍ਹੇ ਹਾਂ ਜੀ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV।